ਜੱਸੀ ਲਾਇਲਪੁਰਾ ਤੁਹਾਡਾ ਦੋਸਤ ਹੈ। ਜੱਸੀ ਲਾਇਲਪੁਰੀਆ ਨਾਲ ਬਾਕਾਇਦਾ ਬੈਠਣ ਉੱਠਣ ਹੋਈ ਸੀ। ਡਾਕਟਰ ਸੂਰਨ ਸਿੰਘ ਦਾ ਕਤਲ ਕੌਣ ਕਰਵਾਉਂਦਾ? ਡਾਕਟਰ ਸੂਰਨ ਸਿੰਘ ਦਾ ਕਤਲ ਹਕੂਮਤ ਪਾਕਿਸਤਾਨ ਆਪੇ ਮਾਲੂਮਾਤ ਕਰੇ, ਮੇਰਾ ਕੰਮ ਤਾਂ ਨਹੀਂ ਸੀ। 10 ਲੱਖ ਰੁਪਈਆ ਦੇ ਕੇ ਡਾਕਟਰ ਸੂਰਨ ਸਿੰਘ ਦਾ ਕਤਲ ਕਰਵਾਇਆ। ਧਮਕੀਆਂ ਤੂੰ ਮੁਲਕ ਛੋੜ ਕੇ ਚਲਾ ਗਿਆ, ਤੈਨੂੰ ਪਾਸਪੋਰਟ ਦਿੱਤਾ, ਪਾਸਪੋਰਟ ਮੇਰੇ ਰਾਈਟ ਸਨ। ਬੇਵਕੂਫ ਦਾ ਦਿਮਾਗ ਖਰਾਬ ਹੋ ਗਿਆ। ਇਹਨੂੰ ਮੈਂ ਸਿਰਫ ਇਹ ਪਾਇਆ ਐਜ਼ ਏ ਫਰੈਂਡ, ਇਹਨੂੰ ਮੈਂ ਕਿਹਾ ਮੈਂ ਤੁਹਾਨੂੰ ਵਟਸਐਪ ਇਹ ਚੀਜ਼ਾਂ ਕਰਨਾ ਜਿਹੜੀਆਂ ਮੈਨੂੰ ਇਹਨੇ ਕੱਢੀਆਂ ਨੇ, ਮੈਂ ਤੁਸੀਂ ਦੁਨੀਆਂ ਨੂੰ ਦਿਖਾਓ ਅਤੇ ਮੈਂ ਇਹਨੂੰ ਕਿਹੜੀ ਧਮਕੀ ਦਿੱਤੀ ਹੈ। ਲੋਕਾਂ ਨੂੰ ਕਹਿੰਦਾ ਨਾ ਕਿ ਜੱਸੀ ਨੇ ਮੈਨੂੰ ਫੋਨ ਮਾਰਨ ਦੀ ਧਮਕੀ ਦਿੱਤੀ ਸੀ, ਉਹ ਪਾਗਲਾ ਮੈਂ ਤਾਂ ਗਵਈਆ ਆਦਮੀ ਹੈ, ਸਿੰਗਰ ਆਦਮੀ ਹੈ, ਮੈਂ ਕਿਹੜਾ ਕੋਈ ਬਦਮਾਸ਼ ਹਾਂ। ਇਨੀ ਦਿਨੀ ਪਾਕਿਸਤਾਨ ਦੇ ਸਾਬਕਾ ਵਿਧਾਇਕ ਰਹੇ ਬਲਦੇਵ ਕੁਮਾਰ ਦਾ ਮੁੱਦਾ ਕਾਫੀ ਗਰਮਾਇਆ ਹੋਇਆ, ਕਿਉਂਕਿ ਬਲਦੇਵ ਕੁਮਾਰ ਪਾਕਿਸਤਾਨ ਤੋਂ ਭਾਰਤ ਆ ਕੇ ਭਾਰਤ ਦੀ ਸਿਟੀਜ਼ਨਸ਼ਿਪ ਮੰਗ ਰਹੇ ਨੇ, ਜਦੋਂ ਕਿ ਪਾਕਿਸਤਾਨ ਤੋਂ ਲਗਾਤਾਰ ਉਹਨਾਂ ਲਈ ਗਲਤ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਅਤੇ ਉਹਨਾਂ ਨੂੰ ਕਾਤਲ ਤੱਕ ਦੱਸਿਆ ਜਾ ਰਿਹਾ। ਇਸੇ ਤਰ੍ਹਾਂ ਹੁਣ ਬਲਦੇਵ ਕੁਮਾਰ ਦੇ ਦੋਸਤ ਰਹੇ ਪਾਕਿਸਤਾਨ ਦੇ ਮਸ਼ਹੂਰ ਕਲਾਕਾਰ ਜੱਸੀ ਲਾਇਲਪੁਰੀਆ ਵੱਲੋਂ ਵੀ ਵੱਡੇ ਖੁਲਾਸੇ ਕੀਤੇ ਗਏ ਨੇ। ਉਹਨਾਂ ਵੱਲੋਂ ਬਲਦੇਵ ਕੁਮਾਰ ਨੂੰ ਕਾਤਲ ਤੱਕ ਦੱਸਿਆ ਗਿਆ ਅਤੇ ਹੋਰ ਬਹੁਤ ਸਾਰੇ ਇਲਜ਼ਾਮ ਲਗਾਏ ਗਏ ਨੇ। ਅਮੈਰੀਕਾ ਤੋਂ ਪੰਜਾਬੀ ਲੋਕ ਚੈਨਲ ਦੇ ਚੈਨਲ ਹੈੱਡ ਹਰਪਾਲ ਸਿੰਘ ਸੁਨਾਮ ਵੱਲੋਂ ਜੱਸੀ ਲਾਇਲਪੁਰੀਆ ਨਾਲ ਫੋਨ 'ਤੇ ਰਾਬਤਾ ਕੀਤਾ ਗਿਆ ਅਤੇ ਫੋਨ 'ਤੇ ਫਿਰ ਉਹਨਾਂ ਨੇ ਕੀ ਕੁਝ ਕਿਹਾ ਤੁਹਾਨੂੰ ਸਾਰਾ ਕੁਝ ਸੁਣਾ ਦਿੰਦੇ ਹਾਂ। ਮੈਂ ਪੰਜਾਬੀ ਲੋਕ ਚੈਨਲ ਤੋਂ ਹਰਪਾਲ ਸਿੰਘ ਸੁਨਾਮ ਬੋਲ ਰਿਹਾ ਅਮੈਰੀਕਾ ਤੋਂ। ਬਲਦੇਵ ਕੁਮਾਰ ਦੇ ਬਾਰੇ ਤੁਹਾਡੇ ਕੋਲ ਕੀ ਜਾਣਕਾਰੀ ਹੈ? ਉਹਨਾਂ ਨੇ ਤੁਹਾਡੇ ਉੱਤੇ ਅੱਜ ਪੰਜਾਬੀ ਅਖਬਾਰਾਂ ਦੇ ਉੱਤੇ ਦੋਸ਼ ਵੀ ਲਗਾਇਆ ਕਿ ਤੁਸੀਂ ਉਹਨਾਂ ਨੂੰ ਧਮਕਾ ਰਹੇ ਹੋ, ਪਲੀਜ਼ ਉਹਨਾਂ ਬਾਰੇ ਕੀ ਦੱਸ ਸਕਦੇ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ ਭਾਈ ਸਾਹਿਬ ਜੀ, ਮੈਂ ਪਹਿਲੇ ਵੀ ਇਹ ਗੱਲ ਕਹਿ ਚੁੱਕਿਆ ਵਾਂ ਮੁਖਤਲਿਫ ਚੈਨਲ ਨੂੰ ਔਰ ਅਖਬਾਰਾਂ ਨੂੰ ਵੀ, ਪਾਕਿਸਤਾਨ ਵੀ, ਦੂਸਰੀ ਜਗ੍ਹਾ ਵੀ, ਕਿ ਬਲਦੇਵ ਕੁਮਾਰ ਮੇਰਾ ਬੈਸਟ ਫਰੈਂਡ ਸੀ ਜੀ, ਔਰ ਬਚਪਨ ਦਾ ਮੇਰਾ ਫਰੈਂਡ ਸੀ, ਔਰ ਸਾਡਾ ਇੱਕ ਦੂਸਰੇ ਦੇ ਘਰ ਦੇ ਵਿੱਚ ਆਉਣਾ ਜਾਣਾ ਖੁੱਲ੍ਹਾ ਬਹੁਤ ਜ਼ਿਆਦਾ। ਮੇਰੀ ਮਿਸਿਜ਼ ਉਹਨੂੰ ਪਿਆਰ ਕਰਦੀ ਸੀ, ਉਹ ਵੀ ਮੇਰੀ ਮਿਸਿਜ਼ ਨੂੰ ਪਿਆਰ ਕਰਦਾ ਸੀ, ਭਾਬੀ ਮਾਂ, ਬਹੁਤ ਜ਼ਿਆਦਾ ਸਾਡਾ ਆਪਸ 'ਚ ਨਾ ਪਿਆਰ ਹੈਗਾ ਸੀ ਜੀ। ਲੇਕਿਨ ਜਿੱਥੇ ਗੁਰਦੁਆਰਿਆਂ ਦੀ ਗੱਲ ਹੁੰਦੀ ਹੈ ਜਾਂ ਗੁਰੂ ਸਾਹਿਬਾਨ ਦੀ ਗੱਲ ਹੁੰਦੀ ਹੈ, ਦੇਖੋ ਅਸੀਂ ਪਾਕਿਸਤਾਨ ਦੇ ਵਿੱਚ ਬਹੁਤ ਸੁਰੱਖਿਅਤ ਹੈਗੇ ਹਾਂ ਜੀ। ਆਪ ਤੁਹਾਡੀਆਂ ਅਮਰੀਕਾ ਤੋਂ ਸੰਗਤਾਂ ਆਉਂਦੀਆਂ, ਪਿੱਛੇ ਜੇ ਵੀ ਆਇਆ, ਇੰਨਾ ਪ੍ਰੋਟੋਕੋਲ ਉਹਨਾਂ ਨੂੰ ਦਿੱਤਾ ਗਿਆ, ਗਵਰਨਰ ਸਾਹਿਬ ਨੇ ਉਹਨਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ, ਗੱਲਾਂ ਸੁਣੀਆਂ। ਇਮਰਾਨ ਖਾਨ ਸਾਹਿਬ ਨੇ ਕਿਹਾ ਕਿ ਸਿੱਖਾਂ ਵਾਸਤੇ ਨਨਕਾਣਾ ਸਾਹਿਬ ਮੱਕਾ ਤੇ ਕਰਤਾਰਪੁਰ ਸਾਹਿਬ ਮਦੀਨਾ ਜੀ, ਰਾਈਟ ਜੀ। ਆਹ ਤੁਸੀਂ ਆਓ, ਮਤਲਬ ਦੇਖੋ ਕਿ ਇੰਨੀ ਦੇਰ ਤੋਂ ਸੰਨ 1954 ਤੋਂ ਜੱਥੇ ਆ ਰਹੇ ਨੇ ਪਾਕਿਸਤਾਨ ਦੇ ਵਿੱਚ, ਹਿੰਦੁਸਤਾਨ ਤੋਂ, ਅੱਜ ਤੱਕ ਕਿਸੇ ਜੱਥੇ ਦੇ ਵਿੱਚ ਕਿਸੇ ਵੀ ਬੰਦੇ ਨੂੰ ਕਿਸੇ ਨੇ ਮਾਰਿਆ ਕੁੱਟਿਆ ਹੋਵੇ ਜਾਂ ਕਿਸੇ ਨਾਲ ਬਦਤਮੀਜ਼ੀ ਕੀਤੀ ਹੋਵੇ ਜਾਂ ਕਿਸੇ ਨੂੰ ਸੁਰੱਖਿਆ ਨਾ ਮਿਲੀ ਹੋਵੇ ਜਾਂ ਕਿਸੇ ਨੂੰ ਲੰਗਰ ਪ੍ਰਸ਼ਾਦਾ ਨਾ ਮਿਲੇ। ਲੋਕੀ ਤਾਂ ਆਪਣੇ ਘਰਾਂ 'ਚ, ਸਾਡੇ ਮੁਸਲਮਾਨ ਵੀਰ ਆਪਣੇ ਘਰਾਂ ਦੇ ਵਿੱਚ ਖੜ ਖੜ ਕੇ ਲੰਗਰ ਪ੍ਰਸ਼ਾਦੇ ਖਵਾਉਂਦੇ, ਰੋਟੀ ਕਰਦੇ, ਦਾਤਾਂ ਗਿਫਟ ਦਿੰਦੇ ਹੈਗੇ ਨੇ। ਲੇਕਿਨ ਇੱਕ ਬੰਦੇ ਦਾ ਦੇਖੋ, ਇਹ ਬਲਦੇਵ ਉੱਥੇ ਪਰਸਨਲ ਜਾ ਕੇ ਇਹਦੇ 'ਤੇ ਕਤਲ ਦਾ ਕੇਸ ਸੀ, ਸਾਰੀ ਦੁਨੀਆਂ ਨੂੰ ਪਤਾ ਹੈ। ਅਜੇ ਸਵਰਨ ਸਿੰਘ ਦਾ ਬੇਟਾ ਹੈ, ਉਹਨਾਂ ਨੇ ਇੱਥੇ ਪਟੀਸ਼ਨ ਦਾਇਰ ਕੀਤੀ ਸੀ ਕਿ ਸਾਡੇ ਪਿਓ ਦਾ ਕਾਤਲ ਹੈ, ਇਹ 2 ਸਾਲ ਜੇਲ੍ਹ ਦੇ ਵਿੱਚ ਗਿਰਿਆ ਹੈ ਔਰ ਇਹਨੂੰ ਹੀ ਕਤਲ ਕਰਵਾਇਆ ਸੀ, ਰਾਈਟ, ਕਿ ਇਹਨੂੰ ਮੈਂ ਮਰਵਾ ਦਾਂਗਾ ਪੈਸੇ ਦੇ ਕੇ ਅਤੇ ਉਸ ਤੋਂ ਬਾਅਦ ਮੈਂ ਆਪਣਾ ਹੋ ਜਾਵਾਂਗਾ, ਇਹਦੀ ਜਿਹੜਾ ਮੰਤਰੀ ਦੀ ਸੀਟ ਮੇਰੀ ਹੋ ਜਾਏਗੀ। ਇਹਨੇ ਇਸ ਤੋਂ ਮਰਵਾਇਆ ਸੀ ਔਰ ਜਦੋਂ ਇਹਨੇ ਮਰਵਾਇਆ ਸੀ ਉਸ ਵਕਤ ਇਹਨੂੰ ਮੇਲੇ 'ਤੇ ਮਿਲਿਆ, ਪੰਜਾ ਸਾਹਿਬ ਗੁਰਪੁਰਬ ਚੱਲਣ ਰਿਹਾ ਸੀ, ਮੇਰੀ ਮਿਸਿਜ਼ ਨੂੰ ਤੂੰ ਮੈਨੂੰ ਮਿਲਿਆ, ਕਹਿੰਦਾ ਜੱਸੀ, ਉਦੋਂ ਇੱਕ ਕਲੀਨ ਸ਼ੇਪ ਸੀ ਮੋਨਾ ਸੀ, ਜੱਸੀ ਜੱਸੀ ਵਧਾਈਆਂ। ਮੈਂ ਕਿਹਾ ਕਾਹਦੀਆਂ ਵਧਾਈਆਂ, ਗੁਰਪੁਰਬ ਦੀਆਂ ਵਧਾਈਆਂ? ਕਹਿੰਦਾ ਨਹੀਂ, ਵੱਟ ਵੇਖੀ ਤੇਰਾ ਭਰਾ ਬਹੁਤ ਜਲਦ ਜਿਹੜਾ ਵੇ ਮਿਨਿਸਟਰ ਬਣਨ ਵਾਲਾ, ਹੁਣ ਆਹ ਮੈਂ ਤੈਨੂੰ ਕੀ ਖਲਾਸਾ, ਯਾਨੀ ਤੈਨੂੰ ਕੀ ਖਵਾਵਾਂ, ਆਪਣੀ ਭਾਸ਼ਾ ਦੇ ਵਿੱਚ ਬੋਲਿਆ। ਤੇ ਇਹਨੇ ਸਾਨੂੰ ਜੂਸ ਵਗੈਰਾ ਜਾਂ ਜੋ ਕੰਟੀਨ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਲੱਗੀ ਸੀ ਮੇਲੇ ਦੇ ਦੌਰਾਨ, ਉੱਥੋਂ ਸਾਨੂੰ ਜੂਸ ਤੇ ਕੁਲਫੀਆਂ ਖਵਾਈਆਂ ਹੈਗੀਆਂ, ਆਈਸਕ੍ਰੀਮ ਠੰਡੀ ਖਵਾਈ ਹੈਗੀ ਹੈ ਜੀ ਜੀ। ਖੈਰ, ਸਾਨੂੰ ਇਸ ਚੀਜ਼ ਦਾ ਅਸੀਂ ਸੋਚ ਵੀ ਨਹੀਂ ਸਕਦੇ ਕਿ ਇਹ ਏਡਾ ਵੱਡਾ ਸਟੈਪ ਚੱਕੇਗਾ।
ਕਿਉਂਕਿ ਜਿਹੜਾ ਇਹਨਾਂ ਦੇ ਇਲਾਕੇ ਹੈਗੇ ਨੇ ਫਰੰਟੀਅਰ ਜਿੱਦਾਂ ਖੈਬਰ ਪਖਤੂਨਖਵਾ, ਪਿਸ਼ੌਰ ਇਲਾਕਾ, ਗੈਰ ਸਵਾਤ, ਇਸ ਤਰ੍ਹਾਂ ਦੇ ਇਲਾਕੇ ਦੇ ਵਿੱਚ ਜਿਹੜੇ ਉੱਥੇ ਦੇ ਕ੍ਰਿਮੀਨਲ ਲੋਕ ਹੈਗੇ ਨੇ, ਤੇ ਕ੍ਰਿਮੀਨਲ ਦਾ ਕਿਸੇ ਧਰਮ ਦੇ ਨਾਲ ਕੋਈ ਤਲਕ ਨਹੀਂ ਹੁੰਦਾ, ਉਹ ਹਰ ਜਗ੍ਹਾ ਹੁੰਦੇ ਨੇ। ਔਰ ਉਹਨਾਂ ਨੇ ਪੈਸੇ ਲੈ ਕੇ ਕੰਮ, ਇਹਨੇ ਉਹਨਾਂ ਨੂੰ 10 ਲੱਖ ਰੁਪਇਆ ਦੇ ਕੇ ਡਾਕਟਰ ਸਵਰਨ ਸਿੰਘ ਦਾ ਕਤਲ ਕਰਵਾਇਆ ਜੀ, ਰਾਈਟ? ਇਹ ਸਾਰਾ ਕੁਝ ਆ ਚੁੱਕਾ ਮੀਡੀਆ ਦੇ ਵਿੱਚ, ਹੈਗਾ ਜੀ, ਸਾਰਾ ਕੁਝ ਪ੍ਰੂਵ ਹੋ ਚੁੱਕਾ। ਮੈਂ ਜੀ ਵੀਡੀਓ ਪਾਉਣਾ, ਮੇਰੀ ਇੰਡੀਆ ਵਾਲਾ ਸੁਣਦਾ ਹੀ ਕੋਈ ਨਹੀਂ ਹੈਗਾ, ਮੇਰੇ ਮੈਂ ਤਾਂ ਉਹਨਾਂ ਨੂੰ ਇੰਨੇ ਫੋਨ ਕਰਨਾ, ਮੇਰੀ ਸੁਣਦਾ ਕੋਈ ਨਹੀਂ ਹੈਗਾ, ਤੇ ਉਹ ਵੀ ਸਾਰੀਆਂ ਚਲਾਈ ਜਾਂਦੇ ਨੇ, ਮੈਨੂੰ ਤਾਂ ਸਮਝ ਨਹੀਂ ਆਉਂਦੀ। ਤੁਹਾਡੇ ਕੋਲ ਕੋਈ ਸਬੂਤ, ਰਿਟਨ ਸਬੂਤ ਹੈ ਜੀ, ਪਲੀਜ਼? ਮੈਨੂੰ ਭਾਈ ਸਾਹਿਬ, ਮੇਰੇ ਕੋਲ ਰਿਟਨ ਸਬੂਤ ਹੈ, ਮੈਂ ਤੁਹਾਨੂੰ ਵਟਸਐਪ ਕਰ ਸਕਦੇ ਹਾਂ, ਮੈਂ ਤੁਹਾਨੂੰ ਅਜੇ ਸਵਰਨ ਸਿੰਘ ਦਾ ਬੇਟੇ ਦਾ ਨੰਬਰ ਦੇ ਸਕਦਾ, ਉਹਨਾਂ ਨਾਲ ਤੁਸੀਂ ਗੱਲ ਕਰ ਸਕਦੇ ਹੋ। 30 ਸਤੰਬਰ ਨੂੰ ਇਹਦੀ ਪੇਸ਼ੀ ਜੇ ਅਦਾਲਤ ਦੇ ਵਿੱਚ, ਉਹਦੇ ਤੁਹਾਨੂੰ ਅਸੀਂ ਡਾਕੂਮੈਂਟ ਕਰਦੇ ਹਾਂ ਜਿਹਦੀ ਮੈਂ ਤੋਂ ਡਰਦਾ ਇੱਥੋਂ ਭੱਜਿਆ। ਅਸਲ ਦੇ ਵਿੱਚ ਬਲਦੇਵ ਕੁਮਾਰ ਹੈ ਜਾਂ ਬਲਦੇਵ ਸਿੰਘ ਹੈ, ਇਹ ਬੜਾ ਸਸਪੈਂਸ ਹੈ। ਇਹ ਜੀ ਦੇਖੋ, ਮੈਂ ਤੁਹਾਨੂੰ ਦੱਸਣਾ ਕਿ ਸਾਡੇ ਬਹੁਤ ਜ਼ਿਆਦਾ ਜਿਹੜੇ ਹਿੰਦੂ ਵੀਰ ਨੇ, ਅਸੀਂ ਹਿੰਦੂ ਵੀਰਾਂ ਨੂੰ ਬਹੁਤ ਪਿਆਰ ਸਤਿਕਾਰ ਕਰਦੇ ਹਾਂ, ਸਾਡੇ ਸਿੰਧੀ ਹਿੰਦੂ ਵੀਰ ਜਾਂ ਆਪਣਾ ਜਿਹੜੇ ਸਵਾਤ ਦੇ ਸਾਡੇ ਹਿੰਦੂ ਵੀਰ ਹੈਗੇ ਨੇ, ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ, ਬਲਕਿ ਪੂਰੀ ਦੁਨੀਆ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕੀ, ਹਿੰਦੂ ਸਾਰੀ ਭਾਵੇਂ ਉਹ ਹਿੰਦੁਸਤਾਨ ਦੇ ਨੇ ਜਾਂ ਬਾਹਰ ਦੇ ਨੇ, ਹਰ ਕੋਈ ਮੱਥਾ ਟੇਕਦਾ। ਲੇਕਿਨ ਇਹ ਬੇਸਿਕਲੀ ਇਹਦੇ ਡਾਕੂਮੈਂਟੇਸ਼ਨ ਦੇ ਵਿੱਚ ਬਲਦੇਵ ਕੁਮਾਰ ਔਰ ਹਿੰਦੂ ਰਿਲੀਜਨ ਹੈਗਾ ਦਾ ਜੀ ਜੀ ਤੇ ਕੁਛ ਗੱਲਾਂ ਤੇ ਇਹ ਵੀ ਪਤਾ ਲੱਗਿਆ ਵੀ ਇਹ ਜੰਤਰ ਮੰਤਰ ਦੇ ਵੀ ਬੜਾ ਭਰੋਸੇ ਰੱਖਦੇ ਆ, ਵੀ ਜੰਤਰ ਮੰਤਰ ਜਾਦੂ ਟੋਣੇ ਵੀ ਕਰਦੇ ਆ। ਹਾਂਜੀ, ਇਹ ਬੜੀ ਸੋਹਣੀ ਗੱਲ। ਮੈਂ ਨਾ ਇਹਦੇ ਨਾਲ ਮੇਰੇ ਘਰ ਆਣ ਕੇ ਜਦੋਂ ਮਿਸਿਜ ਆਪਣੀ ਨੂੰ ਇਹ ਛੱਡਿਆ ਨਾ ਭੈਣ ਜੀ ਹੋਰਾਂ ਨੂੰ ਵਾਹਗੇ ਬਾਰਡਰ ਤੇ, ਉਸ ਤੋਂ ਬਾਅਦ ਨਾ ਮੈਂ ਯਾਰ ਘਰ ਕੱਲਾ ਘਰ ਜਾ ਕੇ ਰਹਿਗੇ ਤੇ ਇੱਥੇ ਮੇਰੇ ਤੋਂ ਰਹਿ ਲਾ, ਮੇਰੇ ਘਰ ਗੁਰੂ ਸਾਹਿਬ ਦਾ ਪ੍ਰਕਾਸ਼ ਵੀ ਹੈਗਾ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਔਰ ਮੈਂ ਨਿਸ਼ਾਨ ਸਾਹਿਬ ਚਾ ਰਿਹਾ, 6 ਲੱਖ ਲੋਕਾਂ ਦੇ ਮੁਸਲਮਾਨ ਵੀਰਾਂ ਦੇ ਵਿੱਚ ਮੇਰਾ ਇਕੱਲੇ ਦਾ ਘਰ ਸਿੱਖਾਂ ਦਾ, ਔਰ ਉੱਥੇ ਮੈਂ 20 ਫੁੱਟ ਦਾ ਨਿਸ਼ਾਨ ਸਾਹਿਬ ਚਾ ਰਿਹਾ। ਸਪੈਸ਼ਲ ਸੰਗਤਾਂ ਨੂੰ ਦੱਸਣਾ ਚਾਹ ਰਿਹਾ ਕਿ ਇਹ ਬਕਵਾਸ ਕਰਦਾ ਕਿ ਪਾਕਿਸਤਾਨ 'ਚ ਸਿੱਖ ਸੁਰੱਖਿਅਤ ਨਹੀਂ ਹੈਗੇ, ਅਸੀਂ ਪਾਕਿਸਤਾਨ 'ਚ ਬੈਠੇ ਹਾਂ, ਆ ਪਾਕਿਸਤਾਨ 'ਚ ਬੈਠੇ ਤੁਹਾਡੇ ਨਾਲ ਕਾਲ ਕਰਨ ਡੇ ਹਾਂ। ਹਰ ਜਗ੍ਹਾ ਤੇ ਸਰਦਾਰ ਜੀ, ਸਰਦਾਰ ਜੀ ਲੋਕ ਦੁਕਾਨਾਂ ਵਾਲੇ ਪੈਸੇ ਨਹੀਂ ਲੈਂਦੇ ਸਾਨੂੰ, ਪਾਕਿਸਤਾਨੀ ਹੋਣ ਤੋਂ ਇਲਾਵਾ ਜਿਹੜੇ ਸਾਨੂੰ ਨਹੀਂ ਜਾਣਦੇ ਸਾਨੂੰ ਤਾਂ ਵੀ ਇੰਡੀਆ ਤੋਂ ਪ੍ਰਾਊਡ ਹੈ, ਸਾਨੂੰ ਇੰਨੀ ਫੇਵਰ ਮਿਲਦੀ ਹੈ, ਸਗੋਂ ਅਸੀਂ ਇੰਨੇ ਜ਼ਿਆਦਾ ਇੱਥੇ VIPs ਹੈਗੇ ਹਾਂ, ਐਕਸਟਰਾ ਖੁਸ਼ ਹੈਗੇ ਹਾਂ ਪਾਕਿਸਤਾਨ ਦੇ ਵਿੱਚ। ਅੱਛਾ ਜੀ, ਉਸ ਤੋਂ ਬਾਅਦ ਜਦੋਂ ਇਹ ਮੇਰੇ ਘਰ ਠਹਿਰਿਆ ਤੇ ਇੱਕ ਦਿਨ ਅਸੀਂ ਬਾਜ਼ਾਰ ਤੁਰੇ ਜਾਣ ਦੇ ਤੇ ਕਹਿੰਦੇ ਵੱਧ ਜੱਸੀ ਮੈਨੂੰ ਉਹ ਘੋੜੀਆਂ ਦੀਆਂ ਨਾਲਾਂ ਚਾਹੀਦੀਆਂ ਨੇ। ਮੈਂ ਕਿਹਾ ਉਹ ਵੀ ਹੁੰਦਾ ਘੋੜਿਆਂ ਦੀਆਂ ਨਾਲਾਂ, ਕਿਉਂਕਿ ਇਹਨਾਂ ਦੀ ਭਾਸ਼ਾ ਹੋਰ, ਅਸੀਂ ਪੰਜਾਬੀ ਬੋਲਦੇ ਹਾਂ ਜੀ ਜੀ ਕਹਿੰਦੇ ਵੱਧ ਜਿਹੜੀ ਕਹਿੰਦੇ ਹੋ ਤੁਸੀਂ ਉਸਨੂੰ ਉਸ ਪੈਰਾਂ ਦੇ ਥੱਲੇ ਲਗਸੀ ਘੋੜੇ ਦੇ, ਉਹ ਮੈਂ ਕਿਹਾ ਖੁਰੀਆਂ ਚਾਹੀਦੀਆਂ ਤੁਹਾਡੇ ਵੱਲੋਂ, ਹਾਂ ਬਸ ਮੈਨੂੰ ਉਹ ਚਾਹੀਦੀ। ਅੱਛਾ, ਮੈਂ ਕਿਹਾ ਉਹ ਵੀ ਕਰਨੀ ਹੈ, ਕੰਮ ਹੈ ਕਿਸੇ ਨਾ ਕਰਨਾ। ਮੈਂ ਕਿਹਾ ਕਾਹਦਾ ਕੰਮ ਕਰਨਾ ਜੀ ਯਾਰ, ਕਿਸੇ ਦਾ ਮੈਂ ਕੰਮ ਕਰਨਾ? ਮੈਂ ਕਿਹਾ ਮੇਰੀ ਬਲਦੇਵ ਗੱਲ ਸੁਣ, ਮੈਂ ਘਰ ਬਿਠਾ ਕੇ ਨਹੀਂ ਪਿਆ, ਇਹਨੇ ਲੱਲ ਵੀ ਲਈਆਂ ਖੁਰੀਆਂ, ਇਹਨੇ ਲੱਲ ਵੀ ਲਈਆਂ ਕਿਤੋਂ ਨਾ। ਮੈਂ ਕਿਹਾ ਵੇਖ, ਮੇਰੇ ਘਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਅਸੀਂ ਸਵੇਰੇ ਅੰਮ੍ਰਿਤ ਵੇਲੇ ਵੀ ਬਾਣੀ ਪੜ੍ਹਦੇ ਹਾਂ, ਮਹਾਰਾਜ ਦਾ ਪ੍ਰਕਾਸ਼ ਕਰਦੇ ਹਾਂ, ਰਾਤ ਵੀ ਪ੍ਰਕਾਸ਼ ਵੇਖ, ਨਿਸ਼ਾਨ ਸਾਹਿਬ 20 ਫੁੱਟ ਦਾ ਚੜੇ ਆ, 6 ਲੱਖ ਮੁਸਲਮਾਨ, 3 ਲੱਖ ਕ੍ਰਿਸਚਨ ਵੀਰਾਂ ਦੇ ਵਿੱਚ, 3 ਜੱਸੀ ਦਾ ਘਰ ਹੈ ਸਿੱਖਾਂ ਦਾ, ਔਰ ਗੁਰੂ ਸਾਹਿਬ ਦੀ ਕਿੰਨੀ ਕਿਰਪਾ ਹੈ, ਠੀਕ ਹੈ ਨਾ। ਮੈਂ ਕਿਹਾ ਵੇਖ, ਤੂੰ MP ਵੀ ਰਿਹਾ ਵੇ, ਸਿਆਸਤਦਾਨ ਵੀ ਰਿਹਾ, ਕੀ ਤੇਰੇ ਤੋਂ ਮੁਸੀਬਤਾਂ ਨਹੀਂ ਆਈਆਂ? ਆ ਬਗੈਰਤੀ ਕੀਤੀ ਜਿਹੜੀ ਸਵਰਨ ਸਿੰਘ ਵਾਲੀ, ਇਹ ਤਾਂ ਮੈਨੂੰ ਪਤਾ ਨਾ ਤੂੰ ਕੀਤੀ ਹੈ, ਹੱਸਦਾ ਸੀ ਫਿਰ ਦੰਦ ਕੱਢਦਾ ਸੀ ਕਿ ਛੋੜ ਲਾ ਉਸ ਗੱਲ ਨੂੰ, ਪੰਜੇ ਵਾਲੇ ਨੇ ਮਰਵਾਇਆ। ਮੈਂ ਕੀ ਕੀਤਾ? ਮੈਂ ਕਿਹਾ ਪੰਜੇ ਵਾਲਾ ਇਸ ਤਰ੍ਹਾਂ ਦੇ ਕੰਮ ਨਹੀਂ ਕਰਦਾ। ਪੰਜੇ ਵਾਲਾ ਕਹਿੰਦਾ ਪੰਜਾ ਸਾਹਿਬ ਗੁਰਦੁਆਰਾ ਜਿਹੜਾ ਆਪਣਾ ਹੈਗਾ ਗੁਰੂ ਨਾਨਕ ਦੇਵ ਜੀ ਇਸ਼ਾਰਾ ਕਰਦਾ। ਅੱਛਾ, ਮੈਂ ਇਹਨੂੰ ਕਿਹਾ ਮੇਰੀ ਗੱਲ ਸੁਣ ਬਲਦੇਵ ਜੀ, ਤੇਰੀ ਬੇਟੀ ਨੂੰ ਥੈਲੇਸੀਮੀਆ, ਉਹ ਮੇਰੀ ਵੀ ਬੇਟੀ ਹੈ, ਮੇਰੇ ਘਰ ਬੈਠੀਆਂ ਗੱਲਾਂ ਹੋਈਆਂ, ਮੇਰੀ ਖੁਸ਼ੀ ਜਿਸ ਚੀਜ਼ ਦੀ ਜਵਾਬ ਹੈ। ਮੈਂ ਕਿਹਾ ਉਹ ਮੇਰੀ ਵੀ ਬੇਟੀ ਹੈ, ਲਿਹਾਜ਼ਾ ਤੂੰ ਇਹ ਜੰਤਰ ਮੰਤਰ ਵਾਲੇ ਕੰਮ ਛੱਡ ਦੇ, ਹਿੰਦੂਆਂ ਵਾਲੇ ਹੁਣ ਤੂੰ ਸਿੰਘ ਸੱਜ ਗਿਆ ਵੇ, ਤੇ ਤੂੰ ਆਪਣਾ ਜੇ ਇਹੋ ਹੀ ਕੰਮ ਕਰਨੇ ਹੀ ਫਿਰ ਤੇ ਤੂੰ ਮਤਲਬ ਸਿੰਘ ਹੀ ਨਾ ਸੱਜਦਾ, ਠੀਕ ਹੈ ਨਾ। ਤੇ ਓਦਾਂ ਵੀ ਤਾਂ ਆਪਾਂ ਯਾਰ ਹੈਗੇ ਸਰ, ਬਚਪਨ ਦੇ ਯਾਰ ਆ, ਮਤਲਬ ਕਿ ਅਸੀਂ ਇਹ ਕਿਹੜੀ ਗੱਲ ਹੈਗੀ ਹੈ, ਠੀਕ ਹੈ। ਤੂੰ ਗੁਰਦੁਆਰੇ ਵੀ ਜਾਂਦਾ, ਗੁਰਦੁਆਰੇ ਸਾਰੀਆਂ ਧਰਮਾਂ ਨੂੰ ਜਾ ਕੇ ਗੁਰੂ ਸਾਹਿਬ ਨੂੰ ਮੱਥਾ ਟੇਕਣ ਦੀ, ਤੇ ਮੈਂ ਕਿਹਾ ਤੂੰ ਗੁਰਬਾਣੀ ਪੜ੍ਹਦਾ ਹੈ, ਤੇ ਗੁਰਬਾਣੀ ਦਾ ਮਤਲਬ ਇਹ ਕਿ ਜੰਤਰ ਮੰਤਰ ਨਹੀਂ ਕਰਨੇ ਹੈਗੇ, ਤੂੰ ਇਹੋ ਜਿਹੇ ਕੰਮ ਨਾ ਕਰਿਆ ਕਰ। ਕਹਿੰਦਾ ਬਸ ਫਿਰ ਮੈਂ ਬੱਚਿਆਂ ਨੂੰ ਕਿੱਥੋਂ ਪਾਲਾਂ, ਮੈਂ ਕਿਰਤ ਕਮਾਈ ਕਿੱਥੇ ਕਰਾਂ? ਮੈਂ ਕਿਹਾ ਤੂੰ ਮਿਹਨਤ ਕਰ, ਮਜ਼ਦੂਰੀ ਕਰ, ਤੇਰੇ ਜਿਹੜੇ ਅੱਛੇ ਮੁਸਲਮਾਨ ਫਰੈਂਡ ਹੈਗੇ ਨੇ, ਸਰਕਾਰੀ ਜਿਹੜੇ ਬੰਦੇ ਹੈਗੇ ਨੇ, ਕਿਸੇ ਨੇ ਕਹਿ ਕੇ ਤੈਨੂੰ ਜੋਬ ਕਰਵਾ ਦਿੰਦੇ ਨੇ ਜੀ ਜੀ ਨਹੀਂ ਵੱਧ ਕੇ ਬਣਦਾ ਜੋਬ ਦਾ, ਘਰ ਦੇ ਖਰਚੇ ਨਹੀਂ ਪੂਰੇ ਹੁੰਦੇ,
ਬਟ ਮੈਂ ਪਠਾਣਾ ਨੂੰ ਜਦੋਂ ਮੈਂ ਵਾਹਿ ਬਾਣੀ ਪੜ੍ਹ ਕੇ ਜਪਜੀ ਸਾਹਿਬ ਦਾ ਪਾਠ ਕਰਕੇ ਦਿੰਦਾ ਵਾ ਤਾਂ ਠੀਕ ਹੋ ਜਾਂਦੇ ਨੇ। ਤੇ ਮੈਂ ਕਿਹਾ ਫਿਰ ਉਹਨਾਂ ਕੋਲ ਪੈਸੇ ਨਾ ਲਿਆ ਕਰਕੇ ਤੂੰ ਜਪਜੀ ਸਾਹਿਬ ਦਾ ਪਾਠ ਮੂਲ ਮੰਤਰ ਸਾਹਿਬ ਦਾ ਪਾਠ ਕਰਕੇ ਫੂਕਾਂ ਮਾਰਨਾ, ਇਹ ਗੁਰਬਾਣੀ ਇਸ ਚੀਜ਼ ਤੋਂ ਮਨਾ ਕਰਦੀ ਹੈ, ਗੁਰਬਾਣੀ ਇਸ ਚੀਜ਼ ਤੋਂ ਮਿਲਦਿਆ ਕਰਦੀ ਇਸ ਚੀਜ਼ ਦੀ। ਗੁਰਬਾਣੀ ਦੇ ਵਿੱਚ ਜੰਤਰ ਮੰਤਰ ਹੈ ਹੀ ਕੋਈ, ਤੇ ਤੂੰ ਇੱਕ ਸਿੰਘ ਸੱਜਦੀਆਂ ਲੇਕਿਨ ਤੇਰੀਆਂ ਹਰਕਤਾਂ ਜੋ ਵੀ ਹਿੰਦੂਆਂ ਵਾਲੀਆਂ ਨੇ, ਤੂੰ ਇਸ ਤਰ੍ਹਾਂ ਨਾ ਕਰਿਆ ਕਰ ਪਲੀਜ਼। ਮੈਂ ਇਹਨੂੰ ਡਾਂਟੇ ਵਾਲੀ ਹੈਗਾ ਕਰਤਾਰਪੁਰ ਦਾ ਲਾਂਘਾ ਹੈ, ਇਹ ਪਾਕਿਸਤਾਨ ਦੀ ਸਾਜਿਸ਼ ਹੈ। ਤੁਹਾਨੂੰ ਨੀ ਲੱਗਦਾ ਵੀ ਆਰ ਐਸ ਐਸ ਨਾਲ ਮਿਲ ਕੇ ਇਹ ਇੱਕ ਸਾਜਿਸ਼ ਦੇ ਅਧੀਨ ਕਰਤਾਰਪੁਰ ਲਾਂਘੇ ਨੂੰ ਟਾਰਗੇਟ ਕੀਤਾ ਜਾ ਰਿਹਾ? ਸਰ ਦੇਖੋ, ਮੈਂ ਪਹਿਲੇ ਵੀ ਇਹ ਬਿਆਨ ਦੇ ਚੁੱਕਿਆ ਕਿ ਜਦੋਂ ਵੀ ਪਾਕਿਸਤਾਨ ਸਰਕਾਰ ਕਰਤਾਰਪੁਰ ਸਾਹਿਬ ਲਾਂਘੇ ਦੀ ਗੱਲ ਕਰਦੀ, ਅੱਛਾ ਅਸੀਂ ਇਹ 70 ਸਾਲ ਤੋਂ ਜਾਂ 72 ਸਾਲ ਤੋਂ 75 ਸਾਲ ਤੋਂ ਜਿੰਨੀ ਦੇਰ ਤੋਂ ਪਾਕਿਸਤਾਨ ਅਤੇ ਹਿੰਦੁਸਤਾਨ ਦੀ ਵੰਡ ਹੋਈ ਹੈ, ਖਾਲਸਾ ਸੰਗਤਾਂ ਸਰਦਾਰ ਸਿੰਘ ਸਾਹਿਬਾਨ ਹਰ ਜਗ੍ਹਾ ਇਹ ਅਰਦਾਸ ਕਰਦੇ ਨੇ ਕਿ ਪੰਥ ਤੋਂ ਵਿਛੋੜੇ ਗੁਰੂ ਧਾਮਾਂ ਦੇ ਦਰਸ਼ਨ, ਠੀਕ ਹੈ ਨਾ। ਗੁਰੂ ਸਾਹਿਬ ਦੀ ਇਹ ਖਾਨ ਸਾਹਿਬ ਕੋ ਸੇਵਾ ਲਈਏ, ਗੁਰੂ ਸਾਹਿਬ ਨੇ ਬਾਜਵੇ ਕੋ ਸੇਵਾ ਲਈਏ ਗੁਰੂ ਸਾਹਿਬ ਨੇ, ਠੀਕ ਹੈ, ਜਨਰਲ ਬਾਜਵਾ ਸਾਹਿਬ ਕੋ। ਮੇਰੇ ਖਿਆਲ ਨਾਲ ਅਗਰ ਗੁਰੂ ਸਾਹਿਬ ਦੀ ਮਰਜ਼ੀ ਨਾ ਹੁੰਦੀ ਤੇ ਇਹ ਕੁਝ ਵੀ ਨਹੀਂ ਹੋ ਸਕਦਾ ਜੀ, ਠੀਕ ਹੈ ਜੀ। ਇਹਦੇ ਵਿੱਚ ਹੁਣ ਆਰ ਐਸ ਐਸ ਨੂੰ ਇਹ ਪ੍ਰੋਬਲਮ ਹੈਗੀ ਹੈ ਕਿ ਸੰਗਤਾਂ ਉੱਥੇ ਜਾਣਗੀਆਂ, ਪਤਾ ਨਹੀਂ ਉਹਨਾਂ ਨੂੰ ਕੀ ਕੀਤਾ ਜਾਏਗਾ ਕੀ ਕੀਤਾ ਜਾਏਗਾ। ਇਹਨਾਂ ਨੂੰ ਡਰ ਇਸ ਚੀਜ਼ ਤੋਂ ਲੱਗਦਾ ਕਿ ਇਹ ਪਾਕਿਸਤਾਨੀ ਮੁਸਲਮਾਨ ਵੀਰ ਇਹਨਾਂ ਨੂੰ ਪਿਆਰ ਕਰਨਗੇ ਤੇ ਇਹਨਾਂ ਦੇ ਬ੍ਰੇਨ ਵਾਸ਼ ਕਰਨਗੇ। ਦੇਖੋ ਉੱਥੇ ਸਿਰਫ ਇਹਨਾਂ ਨੇ ਸੰਗਤਾਂ ਨੇ ਮੱਥਾ ਟੇਕ ਕੇ ਆਉਣਾ, ਮੱਥਾ ਟੇਕ ਕੇ ਸ਼ਾਮ ਨੂੰ 5 ਵਜੇ ਵਾਪਸ ਚੱਲ ਜਾਣਾ ਕਰਨਾ। ਇਹ ਕਿਹੜੀ ਸਾਜ਼ਿਸ਼ ਹੋਣੀ ਹੈ, ਕਿਹੜਾ ਕੋਈ ਮਾੜਾ ਕੰਮ ਹੋਣਾ? ਹੁਣ ਜਾ ਕੇ ਇਹ ਕਲੀਅਰ ਹੋਇਆ ਵੇ ਤੇ ਇਹਨੂੰ ਜਿਸ ਤਰ੍ਹਾਂ ਮਤਲਬ ਕਿ ਪੋਲੀਟੀਸ਼ੀਅਨ ਹੈਗਾ ਸੀ ਜਾਂ ਵੱਡੇ ਪੱਧਰ ਤੇ ਮਤਲਬ ਕਿ ਰਿਲੇਸ਼ਨ ਹੈਗੇ ਤੇ ਡੈਫੀਨੇਟਲੀ ਇਹ ਆਰ ਐਸ ਐਸ ਨੇ ਇਹਨੂੰ ਮਿਲਿਆ ਜਾਂ ਰਾਹ ਦੀ ਏਜੰਸੀ ਜਿਹੜੀ ਹੈਗੀ ਉਹਨੇ ਇਹਨੂੰ ਖਰੀਦ ਲਿਆ ਔਰ ਉਹ ਇਹਦੇ ਕੋਲ ਪੈਸੇ ਦੇ ਕੇ ਉਹ ਇਹਨੂੰ ਬਿਆਨ ਦੁਆਰੀ ਵਿੱਚ ਇਹ ਬਿਆਨ ਦੇ ਪਾਕਿਸਤਾਨ ਸਰਕਾਰ ਦੇ ਖਿਲਾਫ਼। ਦੇਖੋ ਤੇਰਾ ਇੱਕ ਪਰਸਨਲ ਮਸਲਾ ਹੈਗਾ ਵੀ ਕਤਲ ਦਾ ਕੇਸ ਚੱਲਣ ਡਿਆ, 30 ਸਤੰਬਰ ਮੈਂ ਤੁਹਾਨੂੰ ਕਰ ਲਵਾਂ ਦੇ ਡਾਕੂਮੈਂਟਸ, ਇਹਦੀ ਪੇਸ਼ੀ ਹੈ ਅਦਾਲਤ ਦੇ ਵਿੱਚ, ਜੱਜ ਨੇ ਇਹਨੂੰ ਬੁਲਾ ਲਿਆ ਵੇ ਕਿ ਆਪਣਾ ਆ ਜਾ ਪੁੱਤਰ ਤੇਰਾ ਕੰਮ ਹੋ ਗਿਆ, ਫਿਰ ਇਹਨੂੰ ਭਗੌੜਾ ਕਰਾਰ ਨਹੀਂ ਦਿੱਤਾ ਜਾਊਗਾ ਜੀ? ਫਿਰ ਭਗੌੜਾ ਕਰਾਰ ਦਿੱਤਾ ਜਾਏਗਾ ਜਦੋਂ ਪਾਕਿਸਤਾਨ ਆਏਗਾ ਜਾਂ ਉਹ ਜਿਹੜੀ ਸਰਕਾਰਾਂ ਦੀ ਆਪਣੇ ਤੌਰ ਤਰੀਕੇ ਹੁੰਦੇ ਨੇ, ਜੱਜ ਸਾਹਿਬਾਨ ਜਾਂ ਗਵਰਨਮੈਂਟ ਅਪਲਾਈ ਕਰੇਗੀ ਤੇ ਸਾਡੇ ਮੁਲਕ ਦੇ ਮਿਨਿਸਟਰ ਦਾ ਕਾਤਲ ਸਾਡੇ ਕੋਲ ਦਿੱਤਾ ਜਾਵੇ, ਸਾਨੂੰ ਦਿੱਤਾ ਜਾਵੇ ਤੇ ਇਹ ਹੁਣ ਸਰਕਾਰੀ ਤੌਰ ਤੇ ਪਤਾ ਨੀ ਕਿੱਦਾਂ ਹੁੰਦਾ ਉਹਨੂੰ, ਕਿਉਂਕਿ ਮੈਂ ਪੋਲੀਟੀਸ਼ੀਅਨ ਨਹੀਂ ਹੈਗਾ, ਮੈਨੂੰ ਇੰਨਾ ਪਤਾ ਨਹੀਂ ਹੈਗਾ ਸਰਕਾਰੀ ਕੰਮਾਂ ਦਾ, ਲੇਕਿਨ ਮੈਂ ਕਿੰਨਾ ਕਿ ਉਹਨੂੰ ਪਰਸਨਲ ਜਾਣਦਾ। ਅੱਛਾ ਮੈਂ ਤੁਹਾਨੂੰ ਕੁਝ ਚੀਜ਼ਾਂ ਵਟਸਐਪ ਕਰਦਾ ਹੈਗਾ, ਇਹ ਕਹਿੰਦਾ ਨਾ ਕਿ ਜੱਸੀ ਨੇ ਮੈਨੂੰ ਧਮਕੀਆਂ ਦਿੱਤੀਆਂ। ਦੇਖੋ ਤੁਸੀਂ ਅਗਰ ਅਮਰੀਕਾ ਦੇ ਵਿੱਚ ਰਹਿੰਦੇ ਹੋ ਤੁਹਾਨੂੰ ਅਮਰੀਕਾ ਦੀ ਸਪੋਰਟ ਕਰਨੀ ਚਾਹੀਦੀ ਕਿਉਂਕਿ ਉਹ ਤੁਹਾਡਾ ਦੇਸ਼। ਅਗਰ ਕੈਨੇਡਾ ਸੰਗਤਾਂ ਰਹਿੰਦੀਆਂ ਨੇ ਉਹਨਾਂ ਨੂੰ ਆਪਣੀ ਦੇਸ਼ ਭਗਤੀ ਦੀ ਗੱਲ ਕਰਨੀ ਚਾਹੀਦੀ ਹੈ ਔਰ ਹਰ ਕੈਨੇਡਾ ਦੀ ਸੈਰਮਨੀ ਦੇ ਉੱਤੇ ਜਾ ਕੇ ਉਹਨੂੰ ਸ਼ਰਧਾਂਜਲੀ ਦੇਣੀ ਚਾਹੀਦੀ ਹੈ। ਇਹ ਗੁਰਸਿੱਖ ਦਾ ਫਰਜ਼ ਬਣਦਾ ਹੈਗਾ। ਅਸੀਂ ਪਾਕਿਸਤਾਨੀ ਹਾਂ, ਅਸੀਂ 14 ਅਗਸਤ ਮਨਾਉਂਦੇ ਹਾਂ ਜਾਂ ਮੈਂ ਮੇਰੀ ਨਗਮੇ ਗਾਨਾ ਮੇਰੀ ਪੁਰਾਣੇ ਗਾਣਾ ਤੁਸੀਂ ਯੂਟਿਊਬ ਤੇ ਦੇਖ ਸਕਦੇ ਆ, ਮੇਰਾ ਜਿਸ ਲਾਈਵ ਕੁੜੀਆਂ ਲਿਖੀ ਮੇਰੇ ਸਾਰੇ ਉੱਥੇ ਗਾਣੇ ਪਏ ਹੈਗੇ ਨੇ। ਇਹ ਹਰ ਕਿਸੇ ਨੂੰ ਆਪਣੇ ਦੇਸ਼ ਦੇ ਵਿੱਚ ਕਰਨਾ ਚਾਹੀਦਾ ਹੈਗਾ ਵੇ। ਹੁਣ ਤੂੰ ਉੱਥੇ ਜਾ ਕੇ ਜੀ ਸਾਡੇ ਗੁਰਦੁਆਰਿਆਂ 'ਚ ਕਮਰੇ ਨਹੀਂ ਮਿਲਦੇ, ਆਹ ਨਹੀਂ ਹੁੰਦਾ, ਪੱਖੇ ਨਹੀਂ ਲੱਗੇ, ਏਸੀ ਨਹੀਂ ਲੱਗੇ, ਇਹ ਛੋਟੀਆਂ ਗੱਲਾਂ ਨੇ। ਇਹ ਬੇਵਕੂਫ ਦਾ ਦਿਮਾਗ ਖਰਾਬ ਹੋ ਗਿਆ। ਇਹਨੂੰ ਮੈਂ ਸਿਰਫ ਇਹ ਪਾਇਆ ਐਜ਼ ਏ ਫਰੈਂਡ, ਇਹਨੂੰ ਮੈਂ ਕਿਹਾ ਮੈਂ ਤੁਹਾਨੂੰ ਵਟਸਐਪ ਚੀਜ਼ਾਂ ਕਰਨਾ ਜਿਹੜੀਆਂ ਮੈਨੂੰ ਇਹਨੇ ਕੱਲੀਆਂ ਨੇ, ਮੈਂ ਤੁਸੀਂ ਦੁਨੀਆਂ ਨੂੰ ਦਿਖਾਓ ਤੇ ਮੈਂ ਇਹਨੂੰ ਕਿਹੜੀ ਧਮਕੀ ਦਿੱਤੀ। ਇਹ ਲੋਕਾਂ ਨੂੰ ਕਹਿੰਦਾ ਨਾ ਕਿ ਜੱਸੀ ਨੇ ਮੈਨੂੰ ਫੋਨ ਮਾਰਨ ਦੀ ਧਮਕੀ ਦਿੱਤੀ, ਉਹ ਪਾਗਲਾ ਮੈਂ ਤੇ ਗਵਈਆ ਆਦਮੀ ਹੈ, ਸਿੰਗਰ ਆਦਮੀ ਹੈ, ਮੈਂ ਕਿਹੜਾ ਕੋਈ ਬਦਮਾਸ਼ ਆ ਕਿ ਤੈਨੂੰ ਮੈਂ ਮਾਰਾਂਗਾ ਜੇ ਇਹ ਕਰਾਂਗਾ। ਅਸੀਂ ਇਹ ਆਪਣੇ ਅਸੀਂ ਇਹਨੂੰ ਕਿਹਾ ਕਿ ਤੂੰ ਆਪਣੇ ਪਰਸਨਲ ਆਪਣੀ ਜਾਨ ਬਚਾਉਣ ਲਈ ਤੂੰ ਕਤਲ ਦਾ ਤੇਰਾ ਕੇਸ ਖੁੱਲ੍ਹਣ ਵਾਲਾ, ਤੂੰ ਆਪਣੀ ਜਾਨ ਬਚਾਉਣ ਲਈ ਉੱਥੇ ਜਾ ਕੇ ਸੈਲਮ ਕਰ, ਜੋ ਮਰਜ਼ੀ ਕਰ, ਤੇਰਾ ਆਪਣੀ ਪਰਸਨਲ ਤੂੰ ਕਰ ਸਕਣਾ ਸੈਲਫ ਡਿਫੈਂਸ, ਰਾਈਟ। ਬਟ ਤੂੰ ਪੂਰੀ ਸਿੱਖ ਸੰਗਤ ਨੂੰ ਜਾਂ ਪੂਰੇ ਹਿੰਦੂਆਂ ਨੂੰ ਸਾਡੇ ਵੀਰਾਂ ਨੂੰ ਕਹਿਣ ਡਿਆ ਕਿ ਸਾਰੇ ਪਾਕਿਸਤਾਨ ਤੋਂ ਹਿੰਦੁਸਤਾਨ ਆ ਜਾਓ, ਪਹਿਲੇ ਜ਼ਰੂਰ ਸੈਲਮ ਕਰਨਾ, ਇਹਨੂੰ ਸਰਕਾਰ ਦਿੰਦੀ ਨਹੀਂ ਕਿ ਨਹੀਂ ਦਿੰਦੀ ਹੈ। ਅਸੀਂ ਲੱਗੇ ਭਲੇ ਆਪਣਾ ਪਾਕਿਸਤਾਨ ਦੀ ਸਭ ਤੋਂ ਵੱਡੀ ਜਿਹੜੀ ਮਨੋਰਿਟੀ ਹੈਗੀ ਹੈ ਉਹ ਹਿੰਦੂ ਹਿੰਦੂ ਵੀਰ ਹੈਗੇ ਨੇ, ਉਸ ਤੋਂ ਬਾਅਦ ਕ੍ਰਿਸਚਨ ਵੀਰ ਆ ਜਾਂਦੇ ਨੇ ਸਾਡੇ, ਫਿਰ ਉਸ ਤੋਂ ਬਾਅਦ ਸਿੱਖ ਜਾਂ ਦੂਸਰੀਆਂ ਕੌਮਾਂ ਆ ਜਾਂਦੀਆਂ ਹੈਗੀਆਂ ਨੇ, ਬਹਾਈ ਵਗੈਰਾ ਦੇ ਰਿਲੀਜਨ ਦੇ ਸਾਰੇ, ਅਸੀਂ ਆਪਣੇ ਮੁਲਕ ਦੇ ਵਿੱਚ ਖੁਸ਼ ਆ।
ਉਹ ਆਪਣੀ ਪਰਸਨਲ ਜਾਨ ਬਚਾਉਣ ਦੀ ਖਾਤਰ ਤੂੰ ਉੱਥੇ ਜਾ ਕੇ ਅਸਾਈਲਮ ਅਪਲਾਈ ਕਰ, ਨਾ ਕਿ ਤੂੰ ਕਰਤਾਰਪੁਰ ਸਾਹਿਬ ਨੂੰ ਡਿਸਕਸ ਕਰ, ਨਾ ਕਿ ਪੰਜਾਬ ਸਾਹਿਬ ਨੂੰ ਡਿਸਕਸ ਕਰ, ਨਾ ਤੂੰ ETB ਦੀ ਬੋਰਡ ਜਿਹੜਾ ਸਾਡਾ ਗੁਰਦੁਆਰਿਆਂ ਦਾ ਹੈਗਾ ਉਹਨੂੰ ਡਿਸਕਸ ਕਰ। ਜੇ ਜੱਸੀ ਅਗਰ ਸੈਲੀਬ੍ਰਿਟੀ ਜੱਸੀ ਮਸ਼ਹੂਰ ਬੰਦਾ ਮੇਰਾ ਫਰੈਂਡ ਸੀ, ਮੈਂ ਇਹਨੂੰ 10,000 ਰੁਪਈਆ ਵੀ ਦਿੱਤਾ, ਕਈ ਵਾਰੀ ਇਹਨੂੰ ਸਪੋਰਟ ਕੀਤਾ, 5,000 ਦੇ ਦੇਣਾ, ਕਦੀ 10,000 ਦੇ ਦੇਣਾ। ਚੱਲ ਤੋਨੀ ਮੇਰਾ ਭਰਾ ਵੇ, ਸੱਜਣ ਮੇਰਾ ਵੀਰ ਹੈ, ਤੇ ਮਾੜੇ ਹਾਲਾਤਾਂ 'ਚ ਜਾਂਦੇ, ਉਹ ਹੀ ਜੱਸੀ ਦੇ ਥਰੂ ਕਹਿਣ ਡਿਆ ਕਿ ਜੱਸੀ ਨੇ ਤੈਨੂੰ ਕਤਲ ਦੀਆਂ ਧਮਕੀਆਂ ਦਿੱਤੀਆਂ। ਮੈਂ ਹੁਣ ਤੁਹਾਨੂੰ ਵਟਸਐਪ ਕਰਨਾ, ਮੈਂ ਇਹਨੂੰ ਇਹ ਜ਼ਰੂਰ ਕਿਹਾ ਕਿ ਕੁੱਤਾ ਐਜ਼ ਏ ਫਰੈਂਡ ਬੈਠਾ, ਕੁੱਤੇ ਮੁਲਕ ਦੇ ਨਾਲ ਗਿਰਦਾਰੀ ਨਹੀਂ ਕਰੀਦੀ, ਔਰ ਇਹਨੂੰ ਨਹੀਂ ਕਰਨੀ ਚਾਹੀਦੀ। ਤੁਹਾਡਾ ਜੀ ਪੰਜਾਬੀ ਲੋਕ ਚੈਨਲ ਦੇ ਨਾਲ ਗੱਲ ਕਰਨ ਵਾਸਤੇ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮੱਚ ਜੱਸੀ ਲਾਲਪੁਰੀਆ ਜੀ। ਥੈਂਕ ਯੂ ਸਰ। ਸੋ ਜੱਸੀ ਲਾਲਪੁਰੀਆ ਵੱਲੋਂ ਲਗਾਏ ਗਏ ਇਹ ਦੋਸ਼ ਕਾਫੀ ਜ਼ਿਆਦਾ ਗੰਭੀਰ ਨੇ, ਅਤੇ ਇਹਨਾਂ ਦੋਸ਼ਾਂ ਤੇ ਹੁਣ ਬਲਦੇਵ ਕੁਮਾਰ ਨੂੰ ਵੀ ਜ਼ਰੂਰ ਬੋਲਣਾ ਚਾਹੀਦਾ। ਖੈਰ ਮਾਮਲਾ ਸ਼ਾਂਤ ਕਿਵੇਂ ਹੁੰਦਾ? ਬਲਦੇਵ ਕੁਮਾਰ ਨੂੰ ਭਾਰਤ ਪਨਾਹ ਦਿੰਦਾ ਜਾਂ ਫਿਰ ਵਾਪਸ ਪਾਕਿਸਤਾਨ ਭੇਜਿਆ ਜਾਂਦਾ? ਜੇਕਰ ਪਾਕਿਸਤਾਨ ਜਾਂਦੇ ਨੇ ਤਾਂ ਪਾਕਿਸਤਾਨ ਉਹਨਾਂ ਦਾ ਕੀ ਹਸ਼ਰ ਕਰਦਾ? ਇਸ 'ਤੇ ਸਭ ਦੀਆਂ ਨਜ਼ਰਾਂ ਬਣੀਆਂ ਰਹਿਣਗੀਆਂ। ਅਮੈਰੀਕਾ ਤੋਂ ਹਰਪਾਲ ਸਿੰਘ ਸੁਨਾਮ, ਪੰਜਾਬੀ ਲੋਕ ਚੈਨਲ।